ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਵਾਹਿਗੁਰੂ ਕਹਿੰਦੇ ਆ ਮੁੱਖ ਪਵਿੱਤਰ, ਤੇ ਵਾਹਿਗੁਰੂ ਕਹਿੰਦੇ ਆ ਸਵਾਸਾਂ ਦਾ ਭਲਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਦੀ ਵਡਿਆਈ। ਸਦੀਆਂ ਗੁਜ਼ਰ ਗਈਆਂ ਨੇ, ਸਦੀਆਂ ਅੱਗੇ ਗੁਜ਼ਰ ਜਾਣਗੀਆਂ, ਕਿਉਂਕਿ ਸਕੇ ਆਪਾਂ ਪਹਿਲੀ ਵਾਰ ਨਹੀਂ ਮਨਾ ਰਹੇ। ਆਪਣੇ ਤੋਂ ਪਹਿਲਾਂ ਕਿੰਨੀਆਂ ਸਦੀਆਂ ਗੁਜ਼ਰ ਗਈਆਂ, ਕਲਗੀਧਰ ਪਾਤਸ਼ਾਹ ਦੀ ਮਹਿਮਾ ਵਡਿਆਈ ਕਰਦਿਆਂ ਸਾਧ ਸੰਗਤ ਸਦੀਆਂ ਹੋਰ ਗੁਜ਼ਰ ਜਾਣਗੀਆਂ, ਇਹ ਵਡਿਆਈ ਖਤਮ ਨਹੀਂ ਹੋਏਗੀ। ਦੁਨੀਆਂ ਵਿੱਚ ਹਰ ਚੇਲਾ ਆਪਣੇ ਗੁਰੂ ਦੀ ਵਡਿਆਈ ਕਰਦਾ, ਹਰ ਸ਼ਿਸ਼ ਆਪਣੇ ਉਸਤਾਦ ਦੀ ਸੋਭਾ ਕਰਦਾ ਹੈ, ਹਰ ਮੁਰੀਦ ਆਪਣੇ ਪੀਰ ਦੀ ਵਡਿਆਈ ਕਰਦਾ। ਵਡਿਆਈ ਤਾਂ ਸਾਧ ਸੰਗਤ ਸੰਸਾਰ ਵਿੱਚ ਜਿਹੜੇ ਲੋਕ ਕੱਚੇ ਨੇ, ਜਿਨ੍ਹਾਂ ਦਾ ਕੋਈ ਭਾਜ ਵੀ ਉਗੜ ਗਿਆ ਨਾ, ਵੇ ਇਹ ਦੰਭੀ ਪਖੰਡੀ ਨੇ, ਜੇਲ੍ਹਾਂ ਵਿੱਚ ਚਲੇ ਗਏ, ਤਾਂ ਵੀ ਚੰਦ ਕੁ ਲੋਕ ਉਹਨਾਂ ਦੀ ਵਡਿਆਈ ਕਰੀ ਜਾਂਦੇ ਦੁਨੀਆਂ ਵਿੱਚ। ਸੰਸਾਰ ਵਿੱਚ ਕੱਚਿਆਂ ਦੀ ਵੀ ਚੰਦ ਲੋਕ ਵਡਿਆਈ ਕਰਦੇ, ਪਰ ਵਡਿਆਈ ਦਾ ਸਵਾਦ, ਸੋਭਾ ਦਾ ਸਵਾਦ ਉਦੋਂ ਆਉਂਦਾ ਜਦੋਂ ਦੂਜੇ ਧਰਮਾਂ ਦੇ ਲੋਕ ਵਡਿਆਈ ਕਰਨ। ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਜੀਵਨ ਨੂੰ ਜਦੋਂ ਸੰਸਾਰ ਦੇ ਲੋਕਾਂ ਨੇ ਵੇਖਿਆ, ਫਿਰ ਆਰੀਆ ਸਮਾਜੀ ਸਭ ਤੋਂ ਵੱਡਾ ਵਿਦਵਾਨ ਲਾਲਾ ਦੌਲਤ ਰਾਏ ਆਰੀਆ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੋਭਾ ਕੀਤੀ ਔਰ ਵਡਿਆਈ ਵਿੱਚ ਇੱਕ ਪੁਸਤਕ ਲਿਖੀ। ਉਹਦਾ ਨਾਮ ਉਹਨੇ ਰੱਖਿਆ ਸੁਭਾਨ ਉਮਰੀ ਗੁਰੂ ਗੋਬਿੰਦ ਸਿੰਘ। ਇੱਕ ਕ੍ਰਿਸਚਨ ਈਸਾਈ ਵਿਦਵਾਨ ਮੈਕਾਲਿਫ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਕੀਤੀ, ਹਿਸਟਰੀ ਲਿਖੀ ਮਹਾਰਾਜ ਜੀ। ਔਰ ਇੱਥੋਂ ਤੱਕ ਮੈਕਾਲਿਫ ਨੇ ਕਿਹਾ, ਦੁਨੀਆਂ ਦੇ ਲੋਕੋ, ਇਹ ਸੰਸਾਰ ਦੇ ਸਿੱਖੋ, ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੱਛਮ ਦੇ ਸਾਡੇ ਦੇਸ਼ ਵਿੱਚ ਕਿਤੇ ਜਨਮ ਲੈਂਦੇ ਤਾਂ ਅੱਜ ਸਿੱਖ ਧਰਮ ਪੂਰੇ ਵਰਲਡ ਦੇ ਅੰਦਰ, ਪੂਰੇ ਸੰਸਾਰ ਨੂੰ ਅਸੀਂ ਸਿੱਖ ਬਣਾ ਦੇਣਾ ਸੀ। ਇਹ ਠੀਕ ਹੈ, ਉਹਦੀ ਭਾਵਨਾ ਹੈ। ਸਾਧ ਸੰਗਤ ਜਦੋਂ ਮਹਾਰਾਜ ਦੀ ਵਡਿਆਈ ਕੀਤੀ ਤਾਂ ਮੁਸਲਮਾਨਾਂ ਵਿੱਚੋਂ ਸਭ ਤੋਂ ਵੱਡੇ ਅਰਬੀ, ਫਾਰਸੀ, ਉਰਦੂ ਦੇ ਵਿਦਵਾਨ ਹੋਏ ਨੇ ਹਕੀਮ ਅੱਲਾ ਯਾਰ ਖਾਂ ਜੋਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਇਤਿਹਾਸ ਜਦੋਂ ਸੁਣਾਇਆ ਜਾਏਗਾ, ਅੱਲਾ ਯਾਰ ਖਾਂ ਜੋਗੀ ਦੀ ਪੁਸਤਕ ਤੋਂ ਬਗੈਰ ਇੰਝ ਜਾਪਦਾ ਜਿਵੇਂ ਅਧੂਰਾ ਸੁਣਾਇਆ ਹੋਵੇ, ਕਿਉਂਕਿ ਉਹ ਬੰਦਾ ਇਕੱਲਾ ਵਿਦਵਾਨ ਨਹੀਂ ਹੈ। ਸੰਸਾਰ ਵਿੱਚ ਹਰ ਕੌਮ ਵਿੱਚ ਵਿਦਵਾਨ ਹੁੰਦੇ ਨੇ, ਲਿਖਾਰੀ ਹੁੰਦੇ ਨੇ, ਉਹ ਇਕੱਲਾ ਲਿਖਾਰੀ ਤੇ ਵਿਦਵਾਨ ਨਹੀਂ, ਉਹ ਵਿਦਵਾਨ ਦੇ ਨਾਲ ਨਾਲ ਇਮਾਨ ਨਾਲ ਭਰਿਆ ਹੋਇਆ ਮੁਸਲਮਾਨ ਹੈ। ਉਹਦੇ ਉੱਤੇ ਅੱਲਾ ਤਾਲਾ, ਖੁਦਾ, ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਤੇ ਨਜ਼ਰ ਹੈ। ਸਾਧ ਸੰਗਤ, ਉਸ ਬੰਦੇ ਨੇ ਕਈ ਮਹੀਨੇ ਚਮਕੌਰ ਸਾਹਿਬ ਦੀ ਧਰਤੀ ਤੇ ਰਹਿ ਕੇ ਇਤਿਹਾਸ ਲਿਖਿਆ, ਤੇ ਲਿਖਣ ਤੋਂ ਬਾਅਦ ਜਿਹੜੀ ਗੱਲ ਉਹਨੇ ਵਿੱਚ ਵਾਕ ਕਮਾਲ ਲਿਖੀ ਹੈ, ਉਹਨੇ ਸੱਚਾਈ ਬਿਆਨ ਕੀਤੀ। ਜਦੋਂ ਵੀ ਕੋਈ ਵਿਦਵਾਨ ਲਿਖਦਾ, ਜਾਂ ਤਾਂ ਉਹ ਅੱਖਾਂ ਨਾਲ ਸਾਹਮਣੇ ਸੀਨ ਵੇਖ ਕੇ ਲਿਖਦਾ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਆਹ ਕੁਝ ਹੋਇਆ, ਉਹ ਫਿਰ ਉਹਨੂੰ ਲਿਖ ਦਿੰਦਾ ਕਿਤਾਬ ਦੇ ਰੂਪ ਵਿੱਚ, ਕਿਸੇ ਹਿਸਟਰੀ ਦੇ ਰੂਪ ਵਿੱਚ, ਕਿਸੇ ਕਹਾਣੀ ਦੇ ਰੂਪ ਵਿੱਚ, ਜਦੋਂ ਉਹਦੇ ਸਾਹਮਣੇ ਅੱਖਾਂ ਦੇ ਵਾਪਰੇ ਉਹ ਵੇਖ ਕੇ ਲਿਖਦਾ। ਦੂਜਾ ਲਿਖਣ ਦਾ ਸਰੋਤ ਕਿਸੇ ਕੋਲੋਂ ਸੁਣ ਕੇ ਲਿਖਣਾ, ਅੱਖਾਂ ਨਾਲ ਨਹੀਂ ਵੇਖਿਆ। ਕੁਝ ਸਾਲ ਪਹਿਲਾਂ ਕੋਈ ਘਟਨਾ ਘਟੀ, ਲੋਕਾਂ ਕੋਲੋਂ ਸੁਣਿਆ, ਗਾਏ ਵਗਾਏ, ਸੀਨੇ ਵਸੀਨੇ ਸੁਣਨ ਤੋਂ ਬਾਅਦ ਕੋਈ ਰਚਨਾ ਲਿਖੀ। ਤਾਂ ਹਕੀਮ ਅੱਲਾ ਯਾਰ ਖਾਂ ਜੋਗੀ ਲਿਖਦਾ, ਦੁਨੀਆਂ ਦੇ ਲੋਕੋ, ਵਿਦਵਾਨਾਂ ਦੇ ਲਿਖਣ ਦਾ ਤਰੀਕਾ ਵੇਖ ਕੇ ਜਾਂ ਫਿਰ ਕਿਸੇ ਕੋਲੋਂ ਸੁਣ ਕੇ ਹੁੰਦਾ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਭਾ ਵਡਿਆਈ ਜਦੋਂ ਉਹਨੇ ਲਿਖੀ, ਉਹ ਕਹਿੰਦਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 42 ਸਾਲ ਦੀ ਉਮਰ ਵਿੱਚ ਇਸ ਧਰਤੀ ਉੱਤੇ ਕਰਕੇ ਵਿਖਾ ਦਿੱਤਾ, ਇਹ ਸੰਸਾਰ ਦੇ ਲੋਕੋ, ਉਹ ਦੇਖਣਾ ਤਾਂ ਦੂਰ ਦੀ ਗੱਲ, ਕਦੇ ਸੁਣਿਆ ਵੀ ਨਹੀਂ ਸੀ ਇਸ ਧਰਤੀ ਤੇ ਵੀ ਇੱਦਾਂ ਹੋਇਆ ਹੋਏਗਾ। ਇਸ ਧਰਤੀ ਤੇ ਸਦੀਆਂ ਪਹਿਲਾਂ, ਯੁੱਗ ਪਹਿਲਾਂ ਬੀਤ ਗਏ, ਕਦੇ ਸੁਣਿਆ ਹੀ ਨਹੀਂ,
कि इस तरह का इतिहास इस धरती ते रचिया गया होवे जिहो जिहा धन गुरु गोबिंद सिंह महाराज जी ने करके विखाया वेखना तो अखां नाल दूर दी गल कन्नां नाल सुनिया भी नहीं वेदा होया सी कदे। गुरु गोबिंद सिंह महाराज की वड्याई विचों लिखदा उल्फत के जे जज्बे कवि देखे नहीं हमने, कहिंदा ए चीज जो गुरु गोबिंद सिंह महाराज करके विखा गए, उल्फत के जे जज्बे कवि देखे नहीं हमने, देखना एक बात कभी सुने भी नहीं हमने, वो देखना तो दूर दी गल कन्ना नाल सुनिया भी नहीं एदा धरती ते होया जो गुरु गोबिंद सिंह महाराज कर गए। अगे वो लिखदा हाशा किसी मुरशद में ऐसा सयार नहीं है, किसी पीर में ऐसा जनहार नहीं है। जनहार दा अर्थ हुंदा है हरगज, वो कहिंदा हरगज किसी पीर विच इन्ना प्यार नहीं जिन्ना गुरु गोबिंद सिंह महाराज अपने मुरीदा नाल कर गया। दुनिया दे लोगों गुरु गोबिंद सिंह महाराज वर्गा पीर ही नहीं धरती ते होया, गुरु गोबिंद सिंह महाराज वर्गा कोई पीर नहीं हो सकता। चलो भावे उन्हों एक किताबां दो जिहड़ियां उन्हें लिखिया, उन्हों लिखण दा मुल बहुत भारी चुकाना पिया, उन्हों इस्लाम ने इस्लाम विच्चों खारज कर दिता। काजियां ने दो किताबां सिख कौम ने प्रमाणित कीतियां ने, उहदियां सन 1913 विच उहदियां दोवें पुस्तकां प्रवान होईयां। एक पुस्तक का नाम गंजे शहीदां, दूजी किताब का नाम शहीदां ने वफा। उल्फत के जे जज्बे कवि देखे नहीं हमने, ऐसा की उन्हें गुरु गोबिंद सिंह महाराज सच्चे पातशाह का जीवन पढ़िया, वो लिख गया कन्ना नाल सुनिया भी नहीं जो गुरु गोबिंद सिंह महाराज कर गए। इस धरती के इतिहास से पहला होया ही नहीं सी कदे। साध संगत हुण ध्यान दिओ वो की चीज है, सिर्फ उन्हें चमकौर साहब की धरती से बह के कुछ दिन तप किया, भाव उस शहादत नूं उस धरती के जरे जरे नूं महसूस किया। हुण जदों मैं महाराज जी नूं नमस्कार कर रहा सी, मेरे मन विच फुरना ख्याल आया, मना जिहड़े विद्वान ने दूजे गैर धर्म के हुंदे उस धरती से रह के इन्ने दिन रह के उस धरती तो गुरु की बख्शिश ली, असी गुरु दियां कथा कहानियां सुनाने, सानू भी उस जगह पर बहना चाहिए, क्योंकि वह धरती आम नहीं है चमकौर साहब की, वह कोई आम युद्ध का अखाड़ा नहीं, वह धरती से अदुती जंग होया है। और दूजे धर्म का ईमान रखने वाला मुसलमान ये गल जो किताब विच लिख गया है, अज तुसीं चमकौर साहब जायो वड्डे अखरां च उत्थे लिखिया होया, वह किसी सिख की लिखत नहीं है, वह किसी सिख विद्वान ने यह नहीं वे साडा तीर्थ साडा गुरद्वारा आपां वधिया करके लिखी है। उस बंदे ने जो लिखिया उहदी लिखत उस गुरद्वारे दे अगे लिखी है, उन्हें पता की लिखिया, तुसीं पढ़ते रहिंदे हो, यह पंक्ति बड़ी मकबूल हुई है संसार अंदर। उन्हें लिखिया दुनिया के लोगो पूरे हिंदुस्तान विच इको एक तीर्थ है, वह चमकौर साहब की धरती, चमकौर दे तीर्थ दे बराबर दुनिया च कोई तीर्थ नहीं है, एड्डी वड्डी गल लिख गया। बस एक ही तीर्थ है हिंद में यात्रा के लिए, जहां कटाए बाप ने बच्चे खुदा के लिए। गुरु गोबिंद सिंह महाराज ने की कुछ करके विखाया, उन्हें उस धरती ते रह के महसूस किया। सतयुग त्रेता द्वापर कलयुग चार युगों की गल चलती है, 52 अवतार सतयुग तो बाद त्रेते का इतिहास दुनिया च मिलता है। वह इतिहास सनातनी मत ने लिखे है, त्रेते दे अंदर श्री रामचंद्र का जन्म हुंदा है। साध संगत चार पुत्रां दे बाप तो गल शुरू होएगी, त्रेते दी उस युग दे अंदर चौं पुत्रां दा बाप है राजा दशरथ, उहदे घर राम लक्ष्मण भरत चार पुत्र पैदा होए, चौं पुत्रां चों दो पुत्रां नूं बनवास हो गया 14 साल दा, दो पुत्र घर विच रह गए। ये उन्हां दी तवारीख इतिहास जो उन्होंने लिखे है, उन्हां दी मिथोलॉजी कहिंदी है। साध संगत उन्हीं फिल्मां च वी रामायण दे रूप विच फिल्मा दित्ता, दो पुत्रां नूं बनवास मिलिया, दो पुत्तां दा विछोड़ा चल ना सकिया, राजा दशरथ महल तो छाल मार के आत्महत्या कर गया। हालांकि दो पुत्र उहदे कोल सी जिहड़े विछड़े, उह वी 14 सालां बाद आउणे सन। इत्थे तां कलगी तर पातशाह तो दो विछड़िया होयां दा कोई पता नहीं, जिहड़े कोल ने उह वी अखां दे सामने कुरबान कर दिते, मत्थे ते कोई त्यूड़ी कोई शिकन कोई उदासी नहीं। तां अल्लाह यार खां जोगी लिखदा कोई प्यो है ही नहीं इदां दा इस धरती ते।
गुरु गोविंद सिंह महाराज वर्गा कौन होया? द्वापर दे अंदर बहुत वड्डा एक योधा, महाभारत की जंग विच उहदी ताकत नूं लोहा मन्निया गया, उहने लखां लोक अपने तीर नाल मारे ने, और उस 17 दिन की जंग विच द्वापर दे उस योधे दे नाल श्री अर्जन, वह अर्जन दे नाल श्री कृष्ण 24 घंटे रहिंदे ने, अर्जन नूं 17 दिनां विच झरीट तक नहीं आई, कोई बंदा तीर उहदे झरीट भी नहीं मार सकिया। उन्हें 17 दिन की जंग विच लखां लोक अपने तीर नाल मार दिते, पर माफ करियो साध संगत, एडा वड्डा योधा जिहड़ा मदाने जंग अंदर वह लोग कहिंदे सन, उस द्वापर दे अंदर द्रोणाचार्य तो बाद जे कोई निशानेबाज है योधा, वह श्री अर्जन। ते माफ करियो, जिद्दन अर्जन दे कन्ना च लड़द्या लड़द्या आवाज पई, ओ तेरा पुत्र अभिमन्यु मर गया, बस आवाज सुन दी देर हथियार डिग पए, रथ तो पोइन डिग पिया। बंदा कृष्ण उहदे कोल ने द्वापर दे अवतार, पुत दा विछोड़ा नहीं उहदे कोल चल होया। सात संगत, विश्वामित्र ने एक ऋषि दे 100 पुत्र मारे, जिद्दन विश्वामित्र दा एक पुत्र मरिया, वह बंदा विछोड़ा चल ना सकया, और द्वापर का सब तो वड्डा योधा शास्त्रां दा तनी, सारे उस द्वापर पांडवां ते कौरवां दा शास्त्र गुरु जिन्हों द्रोणाचार्य कहिंदे, इतिहास कहिंदा उन्हां दा कि श्री कृष्ण ने कहा, भावें 17 दिन की बजाए 27 दिन लड़ लो, 27 महीने लड़ी जाओ, वह भावें पूरा युग जंग करी जायो, जिनी देर द्रोणाचार्य जिंदा है उन्नी देर जंग जीती नहीं जानी, क्योंकि द्रोणाचार्य कौरवों वल दे पासे खड़ा। फिर उन्होंने स्कीम पता की करी, उन्होंने कहा द्रोणाचार्य मरे तो जंग जीती जानी है, महाभारत का कुरुक्षेत्र का युद्ध। इतिहास उन्होंने कहता है कि द्रोणाचार्य मारन की इको स्कीम उन्होंने करी कि जे द्रोणाचार्य के कन्ना विच आवाज पै जाए ना, तेरा पुत्र अश्वत्थामा मर गया, ये बलहीन हो जाएगा, इनू मारना सौखा है। हुण वह अश्वत्थामा नूं बर प्राप्त सी, उहनूं कोई मार ही नहीं सकता। द्रोणाचार्य ने शस्त्र विद्या जो गुण अपने शिष्य नूं ना दिते, वह पुत्र अश्वत्थामा नूं दिते हुए सी। अखीर श्री कृष्ण ने यह साजिश इस तरह की रची, एक हाथी के मत्थे उत्ते संदूर नाल लिखिया अश्वत्थामा, उहदा नाम रखिया। ते जदों मदाने जंग विच हाथी मारिया, भीम नूं कहा इस हाथी नूं गुरज मार के मार दे, उहने सिर विच गुरजा मार मार के हाथी मार दिता। जदों हाथी मरिया, फिर धर्म पुत्र युधिष्ठर नूं कहा उच्ची आवाज विच कहे कि अश्वत्थामा इस धरती तो मर गया, इन्नी गल कह कि अश्वत्थामा हरो नरो के कुंचरो नाहे, मैनू यह नहीं पता बंदा मरिया कि हाथी मरिया, क्योंकि उन्हें कहा मैं झूठ नहीं बोलना, मैं धर्म पुत्र। श्री कृष्ण ने कहा तू कह दे नरो के कुंचरो, मैनू नहीं पता हाथी एक बंद। जदों कन्ना दे विच आवाज पई द्रोणाचार्य अश्वत्थामा हरो मर गया अश्वत्थामा, एडा वड्डा योधा द्रोणाचार्य हथियार डिग पे बेहोश मुरशद हो गया, मर गया उस जंग में। साध संगत, तां वो विद्वान लिखदा है उल्फत के जे जज में कभी देखे नहीं हमने, हो गुरु गोविंद सिंह महाराज वर्गा विखे जी कोई। उन्हें तो गल बड़ी स्पष्ट लिखी, कहिंदा पूरे हिंदुस्तान भारत संसार का इतिहास एक पासे रखो, गुरु गोविंद सिंह महाराज का इतिहास एक पासे रखो, दोवां दा निरीक्षण करके फैसला करो। ओ दुनिया के लोगों दिलों साफ होकर इंसाफ करो, इहदा मतलब धार्मिक लोगों के अंदर भी ईरखा पाई जाती है, और गुस्ताखी माफ, आम बंदे नालों धार्मिक लोगों च ज्यादा ईरखा है, इन्नी आम बंदे विच ईरखा नहीं जिन्ने धार्मिक आगुआं विच ईरखा है। इस देश नूं सब तो वड्डा खतरा धार्मिक आगुआं तो माफ करो, इन्ना दूजे देश तो खतरा नहीं जिन्ना धर्म के नाम से तुसीं कल सवेरे अग ला दिओ पावे। पर एक चीज का तुहानूं प्राउड होना चाहिए, अज तक यह तां खबरां आईयां दूजे धर्मां दे लोकां ने ईरखा वस होकर गुरु ग्रंथ साहिब महाराज दे बाणी दी व्यदवी कीती, अंगां दी व्यदवी कीती, अज तक कोई यह खबर नहीं दस सकेगा किसे सिख ने किसे धर्म दे ग्रंथ दी व्यदवी कीती होवे, क्योंकि सिख किसे दे धर्म दी ग्रंथ दी व्यदवी नहीं करदा, सिख कदर करदा, ना सिख किसे दे धर्म दी व्यदवी करेगा, ना सिख किसे दे धार्मिक ग्रंथ दी व्यदवी करदा,
ਕਿਉਂਕਿ ਸਿੱਖ ਨੂੰ ਸਨਮਾਨ ਕਰਨਾ ਸਿਖਾਇਆ। ਹਾਂ ਈਰਖਾ ਵਸ ਲੋਕਾਂ ਬੜਾ ਕੁਝ ਕੀਤਾ। ਉਹ ਮੁਸਲਮਾਨ ਵਿਦਵਾਨ ਲਿਖਦਾ ਦਿਲੋਂ ਸਾਫ਼ ਹੋ ਕੇ ਇਨਸਾਫ ਕਰੋ, ਦਿਲੋਂ ਸਾਫ਼ ਹੋ ਕੇ। ਤੇ ਮੈਨੂੰ ਯਕੀਨ ਹੈ ਜਦੋਂ ਸਾਫ਼ ਹੋ ਕੇ ਇਨਸਾਫ ਕਰੋਗੇ, ਦਿਲ ਸਾਫ਼ ਹੋਣ, ਪੂਰੀ ਦੁਨੀਆਂ ਦਾ ਇਤਿਹਾਸ ਇੱਕ ਪਾਸੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਇੱਕ ਪਾਸੇ, ਹਰ ਬੰਦੇ ਦੀ ਜ਼ੁਬਾਨ ਤੇ ਇੱਕੋ ਗੱਲ ਹੋਏਗੀ, ਵਾਹ ਗੁਰੂ ਗੋਬਿੰਦ ਸਿੰਘ, ਤੇਰੇ ਬਰਾਬਰ ਕੋਈ ਹੋ ਨਹੀਂ ਸਕਦਾ। ਇਹ ਗੱਲ ਮੁਸਲਮਾਨ ਲਿਖਦਾ ਵਿਦਵਾਨ। ਸਿੱਖ ਲਿਖੇ ਤਾਂ ਆਪਾਂ ਕਹੀਏ ਵੀ ਸ਼ਰਧਾ ਨਾਲ ਕਹਿ ਰਹੇ ਨੇ, ਇਹਨਾਂ ਦਾ ਗੁਰੂ ਹੈ। ਪਰ ਉਹ ਲਿਖਦਾ ਕਰਤਾਰ ਕੀ ਸੌਗੰਧ, ਨਾਨਕ ਕੀ ਕਸਮ, ਜਿਤਨੀ ਵੀ ਕਰੋ ਤਾਰੀਫ ਗੁਰੂ ਗੋਬਿੰਦ ਕੀ ਵੋ ਕਮ ਹੈ। ਕਰਤਾਰ ਕੀ ਸੌਗੰਧ, ਨਾਨਕ ਕੀ ਕਸਮ ਹੈ, ਜਿਤਨੀ ਵੀ ਕਰੋ ਤਾਰੀਫ ਗੁਰੂ ਗੋਬਿੰਦ ਕੀ ਵੋ ਕਮ ਹੈ। ਇਨਸਾਫ ਕਰੇ ਜ਼ੀ ਮੈਂ ਜ਼ਮਾਨਾ ਤੋਂ ਜਕੀ ਹੈ, ਮੈਨੂੰ ਵਿਸ਼ਵਾਸ ਹੈ। ਉਹ ਮੁਸਲਮਾਨ ਲਿਖਦਾ ਜੇ ਦਿਲੋਂ ਸਾਫ਼ ਹੋ ਕੇ ਇਨਸਾਫ ਕਰੋ। ਇਨਸਾਫ ਕਰੇ ਜ਼ੀ ਮੈਂ ਜ਼ਮਾਨਾ ਤੋਂ ਜਕੀ ਹੈ, ਕਹਿ ਦੇਂਗੇ ਕਿ ਗੁਰੂ ਗੋਬਿੰਦ ਕਾ ਸੰਨੀ ਹੀ ਨਹੀਂ ਹੈ। ਕਿਉਂਕਿ ਅਗਲੀ ਗੱਲ ਉਹਨੇ ਲਿਖੀ, ਇੱਕ ਆਂਖ ਸੇ ਕਿਆ ਬੁਲਬੁਲਾ, ਬਹਿਰ ਕੋ ਦੇਖੇ ਸਾਹਿਲ ਕੋ ਮੰਝਧਾਰ ਕੋ ਜਾਂ ਲਹਿਰ ਕੋ ਦੇਖੇ। ਹੁਣ ਥੋੜਾ ਜਿਹਾ ਵਿਚਾਰੀਏ ਕੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਗੁਣ। ਕਲਗੀਧਰ ਦਸ਼ਮੇਸ਼ ਪਿਤਾ ਦਾ ਪਰਿਵਾਰ ਸਰਸਾ ਨਦੀ ਦੇ ਕੰਢੇ ਵਿਛੜ ਗਿਆ। ਸਿੱਖ ਤਵਾਰੀਖ ਵਿਦਵਾਨਾਂ ਲਿਖਿਆ ਤਿੰਨ ਹਿੱਸਿਆਂ ਵਿੱਚ ਮਹਾਰਾਜ ਦਾ ਪਰਿਵਾਰ ਵੰਡਿਆ ਗਿਆ। ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਜੀ ਦੇ ਨਾਲ ਰਾਹ ਲੱਭਦਿਆਂ ਲੱਭਦਿਆਂ ਦਿੱਲੀ ਦੇ ਰਸਤੇ ਪੈ ਗਏ, ਕਿਉਂਕਿ ਭਾਈ ਮਨੀ ਸਿੰਘ ਜੀ ਦੇ ਸਹੁਰੇ ਸਨ ਦਿੱਲੀ, ਉਹ ਰਾਹ ਉਹਨੂੰ ਪਤਾ ਸੀ, ਉਹ ਪਿੰਡ ਦੇ ਰਸਤੇ ਲੈ ਗਏ। ਦੂਜਾ ਧੰਨ ਮਾਤਾ ਗੁਜਰੀ ਦੀ, ਹੌਸਲਾ ਕਰਕੇ ਦੋਵਾਂ ਸਾਹਿਬਜ਼ਾਦਿਆਂ ਨਾਲ ਸਰਸਾ ਨਦੀ ਦੇ ਪੈਰ ਪਾਇਆ ਪਾਣੀ ਵਿੱਚ, ਪਰ ਬਹਾ ਇੰਨਾ ਤੇਜ਼ ਸੀ ਕੰਢੇ ਕੰਢੇ ਮਾਂ ਗੁਜਰੀ ਤੁਰਦੇ ਰਹੇ। ਜਦੋਂ ਪੈਰ ਪਾਉਣ ਤੇ ਪਾਣੀ ਥੋੜਾ ਬਹਾ ਤੇਜ਼ ਮਾਰਦਾ, ਤੁਰਦਿਆਂ ਤੁਰਦਿਆਂ ਕਈ ਮੀਲ ਦੂਰ ਨਿਕਲ ਗਏ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੇ ਸਿੱਖਾਂ ਨਾਲੋਂ ਵਿਛੜ ਗਏ। ਮਾਤਾ ਜੀ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨ ਕੇ ਸਿੱਖ ਸਰਸਾ ਪਾਰ ਕਰ ਗਏ। ਸਰਸਾ ਪਾਰ ਕਰਕੇ ਰੋਪੜ ਵੱਲ ਆਏ, ਇੱਧਰ ਰੰਗੜਾ ਨੇ ਹਮਲਾ ਕਰਤਾ ਰੋਪੜ ਤੋਂ। ਕਲਗੀਧਰ ਪਾਤਸ਼ਾਹ ਦੇ ਪਿਆਰੇ ਬਹਾਦਰ ਸਿੱਖ ਬਹਾਦਰ ਭਾਈ ਬਚਿੱਤਰ ਸਿੰਘ ਇਸ ਜੰਗ ਵਿੱਚ ਮੁਰਸ਼ਦ ਹੋ ਗਏ। ਅਖੀਰ ਉਹਨਾਂ ਦੇ ਸਵਾਸ ਉਸ ਜਗ੍ਹਾ ਤੇ ਪੂਰੇ ਹੋਏ ਜਿੱਥੇ ਗੁਰਦੁਆਰਾ ਭੱਠਾ ਸਾਹਿਬ ਅੱਜ ਬਣਿਆ ਹੋਇਆ। ਕਲਗੀਧਰ ਪਾਤਸ਼ਾਹ ਡੇਢ ਘੜੀ ਭੱਠਾ ਸਾਹਿਬ ਰਹੇ। ਭੱਠੇ ਦੀ ਅੱਗ ਨਾਲ ਸਿੱਖਾਂ ਨੇ ਵਸਤਰ ਸਕਾਏ। ਚੌਧਰੀ ਕੋਟਲਾ ਨਿਹੰਖਾਂ ਨੇ ਬੇਨਤੀ ਕੀਤੀ, ਮਹਾਰਾਜ ਘਰ ਚੱਲੋ। ਹਜ਼ੂਰ ਨੇ ਕਿਹਾ, ਭਾਈ ਬਚਿੱਤਰ ਸਿੰਘ ਨੂੰ ਸਾਡਾ ਰੂਪ ਸਮਝੀ, ਜਿੰਨੀ ਦੇਰ ਸਾਹ ਚੱਲਦੇ ਨੇ ਇਹਦੀ ਸੇਵਾ ਕਰ। ਚੌਧਰੀ ਨਿਹੰਖਾਂ, ਬਚਿੱਤਰ ਸਿੰਘ ਦੀ ਸੇਵਾ ਗੁਰੂ ਗੋਬਿੰਦ ਸਿੰਘ ਦੀ ਸੇਵਾ ਹੈ। ਕਲਗੀਧਰ ਪਾਤਸ਼ਾਹ ਇੱਥੋਂ ਚੱਲ ਕੇ ਚਮਕੌਰ ਆ ਗਏ। ਜਿਸ ਦਮ ਚਮਕੌਰ ਮੇ ਹੋਏ ਸਿੰਘੋਂ ਕੇ ਉਤਾਰੇ, ਚੁਲਾਏ ਹੋਏ ਸ਼ੇਰ ਤੇ ਗੈਂਦ ਕੇ ਮਾਰੇ, ਆਂਖੋਂ ਸੇ ਨਿਕਲਤੇ ਤੇ ਸ਼ੇਰੋਂ ਕੇ ਦਰਾਰੇ। ਤੇ ਅਗਲੀ ਗੱਲ ਅੱਲਾ ਯਾਰ ਖਾਨ ਜੋਗੀ ਨੇ ਲਿਖੀ, ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਗੈਰ ਸਭ ਦੀਆਂ ਅੱਖਾਂ ਵਿੱਚ ਕ੍ਰੋਧ ਭਰਿਆ ਹੋਇਆ ਸੀ, ਸਾਡੇ ਨਾਲ ਤੁਰਕਾਂ ਨੇ ਧੋਖਾ ਕੀਤਾ, ਸਾਨੂੰ ਵਾਅਦੇ ਕਰਕੇ ਕਸਮਾਂ ਚੁੱਕ ਕੇ ਹਮਲਾ ਕਰਤਾ। ਸਿਰਫ ਕਲਗੀਧਰ ਪਾਤਸ਼ਾਹ ਬਿਲਕੁਲ ਸ਼ਾਂਤ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵਿੱਚ ਰੁਕ ਗਏ। ਰਾਤ ਲੰਘੀ, ਸਵੇਰੇ ਜੰਗ ਸ਼ੁਰੂ ਹੋਈ। ਪੰਜ ਪੰਜ ਸਿੱਖਾਂ ਦੇ ਜਥੇ ਬਾਹਰ ਗਏ। ਉਹ ਬਾਹਰ ਜਾ ਕੇ ਲੜਨ ਦਾ ਕੋਈ ਕਾਰਨ ਸੀ? ਗੁਰੂ ਦੇ ਪਿਆਰੇ ਸਿੱਖ ਭਾਈ ਹਿੰਮਤ ਸਿੰਘ ਨੇ ਸਭ ਤੋਂ ਪਹਿਲਾਂ ਬੇਨਤੀ ਕੀਤੀ, ਪਾਤਸ਼ਾਹ ਇਹ ਤੋਂ ਪਹਿਲਾਂ 10 ਲੱਖ ਫੌਜ ਹੱਥੋਂ ਹੱਥੀ ਗੜੀ ਵਿੱਚ ਆ ਬੜੇ, ਉਹ ਹਮਲਾ ਮਹਾਰਾਜ ਗੜੀ ਉੱਤੇ ਨਹੀਂ, ਉਹ ਸਾਡੇ ਗੁਰੂ ਤੇ ਹੋਏਗਾ। ਅਸੀਂ ਨਹੀਂ ਚਾਹੁੰਦੇ ਚਮਕੌਰ ਦੀ ਗੜੀ ਤੇ ਹੱਲਾ ਹੋਵੇ, ਅਸੀਂ ਬਾਹਰ ਜਾ ਕੇ ਮੁਕਾਬਲਾ ਕਰਾਂਗੇ। ਭਾਈ ਹਿੰਮਤ ਸਿੰਘ ਦੀ ਗਵਾਹੀ ਵਿੱਚ 7 ਸਿੱਖਾਂ ਦਾ ਜਥਾ ਗਿਆ, ਫਿਰ 5 ਸਿੱਖਾਂ ਦਾ ਜਥਾ ਗਿਆ। ਦੁਪਹਿਰ ਲੰਘਣ ਤੱਕ 27 ਸਿੱਖ ਸ਼ਹਾਦਤ ਦਾ ਜਾਮ ਪੀ ਗਏ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਮਦਾਨੇ ਜੰਗ ਵਿੱਚ ਜਾਣ ਦੀ ਆਗਿਆ ਮੰਗਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਸ਼ੀ ਖੁਸ਼ੀ ਆਗਿਆ ਦਿੱਤੀ। ਗੁਰੂ ਦੇ ਪਿਆਰ ਵਾਲੇ ਸਿੱਖ ਵੇਖਦੇ ਰਹੇ। ਇੱਕ ਵਾਰ ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਦੋ ਬੱਚੇ ਪੋਤੇ ਤੇਰੇ ਪੁੱਤਰਾਂ ਦਾ ਪਤਾ ਨਹੀਂ, ਆ ਦੋ ਬੱਚੇ ਨੇ ਕਿਉਂ ਜੰਗ ਵਿੱਚ ਕੱਲਣੇ ਨੇ? ਮਹਾਰਾਜ ਸਵੇਰ ਤੋਂ ਜਿਹੜਾ ਗਏ ਉਹ ਵਾਪਸ ਮੁੜਿਆ ਹੀ ਨਹੀਂ। ਤੁਹਾਨੂੰ ਪਤਾ ਮਦਾਨੇ ਜੰਗ ਵਿੱਚ ਜਾਣਾ ਮੌਤ ਨੂੰ ਗਲ ਲਾਉਣਾ। ਕਲਗੀਧਰ ਪਾਤਸ਼ਾਹ ਕਿਉਂ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਹਿ, ਦਇਆ ਸਿੰਘ ਇਹਨਾਂ ਦੇ ਇਮਤਿਹਾਨ ਦਾ ਵਕਤ ਹੈ, ਕਿਸੇ ਦੇ ਇਮਤਿਹਾਨ ਵਿੱਚ ਰੋੜਾ ਨਹੀਂ ਬਣੀਦਾ।
میرے اجیت نو جنگ وچ جان دے. جان لگیا صاحب جاندہ اجیت سنگھ نے کہا نام کا اجیت ہوں جیتا نہیں جاؤں گا, جیتا اگر تو پھر ہار کر جیتا نہیں آؤں گا, جی میں ہار گیا پتا جی جیوندہ نہیں واپس آؤں گا, جت گئی آواں گا. مدن نے جنگ اندر گئے, ایک وار تا اتہاس کر لکھ دینے دشمن نو پلکھا پہ گیا کہ گرو گوبند سے مہاراج آ گئے, کیونکہ بابا اجیت سنگھ نے پہلے بھی ایک جنگ لڑی ہے. وسی پٹھانا دے اس خان اتے حملہ کر کے برہمن دے گھر والی چھڑائی, وہ جنگ بابا اجیت سنگھ پہلے بھی 16 سال دی عمر وچ لڑ چکے نے. خیر کلگیتر پادشاہ نے بڑا جنگ دا گن سکھایا بابا اجیت سنگھ نو. دشمن ایک وار تے جدر بابا اجیت سنگھ جان لوتھاں دے ٹھیر لاندے چلے جان, جدر جان لاشاں دے ستھر بچھاؤندے چلے گئے. اتہاس کہندا ہے 3.25 گھڑیاں دے قریب بابا اجیت سنگھ لڑ دے رہے, بڑا وڈا ٹائم ہو جاندہ ہے. تسی 24 منٹ نو 3 تے گنا کر کے ویکھو ساہ سنگت, قریباً 1.25 گھنٹہ مدن نے جنگ دے اندر بابا اجیت سنگھ لڑے. 10 لاکھ فوج میں 1.25 گھنٹہ لڑنا بڑا میرا رکھدا ہے, 3.25 گھڑیاں جوج دے رہے. اخیر بابا اجیت سنگھ دی شمشیر ٹٹ گئی, نجا کسے دشمن دے سیدھا چھاتی وچ ماریا, ہاتھ وچ کلا ڈنڈا رہ گیا, دشمن پھر ٹٹ کے پہ گیا. رولا پا کے کہو گرو گوبند سنگھ دا پتر ہے, اینو جان نہ دیو مار دیو. بس اکو تاڑ وچ برشیاں دی بشاڑ کیتی, صاحبزادہ بابا اجیت سنگھ دی چھاتی وچ سینکڑے برشیاں مار دیتی. جدوں دھرتی تے ڈگے تن گرو گوبند سنگھ مہاراج اچی چمکور دی گڑی وچوں جکارا چھڈ رہے سن. دیا سنگھ نے ویکھیا میدان شانت ہو گیا, یہ مطلب سب شہید ہو گئے. ایک جتھا مدن نے جنگ وچ ہور کلیا, اینے نو بابا ججار سنگھ تن گرو گوبند سنگھ مہاراج سچے پاتشاہ تو اگے منگن آ گئے. 14 سال دی عمر رہ بابا ججار سنگھ دی. ساتھ سنگت تسی پرواراں بچیاں والے بیٹھے ہو, ایک بار دل تے ہتھ رکھ کے سوچو 14 سال دا بچہ کڈا کھوندا, تہاڈے وی بچے نے. 14 سال دی عمر جنگ وچ لڑن دی نہیں ہے, اجے صرف مچھاں فٹ رہی نے, گومل شریر ہے. بابا اجیت سنگھ 18-19 سال دی عمر, انہاں دا لڑنا جنگ وچ کوئی ہور سی, 14 سال دی عمر دا لڑنا جنگ وچ ہور سی. جدوں بابا ججار سنگھ نے آگیا منگی, کلگیتر پادشاہ خوش ہو کے مستک چمدے نے, ساد ساد شاباش شاباش ججار, جے میں خود بیٹا کہندا توں جنگ وچ جا گل ہور ہونی سی, اج توں اپنے پتا دا سر ہور اچا کر دیتا. مہاراج نے اپنا خنجر کڈیا, چھوٹا خنجر کڈ کے بابا ججار سنگھ نوں دیتا, او دے کمر کسے وچ سجایا, بیٹا ایدی لوڑ پئے گی جنگ وچ. پھر ادوں ایک خنجر وی برتی. جدو تن گرو گوبند سنگھ مہاراج تیار کر رہے سن, گرو گوبند سنگھ مہاراج دے پیارے سکھ نال تیار ہوئے, 5 پیاریاں چو ایک پیارا بابا موکم سنگھ, پیارے بھائی موکم سنگھ وہ جتھے وچ نال ترے. 7 سکھاں سمیت جدو چمکور دی گڑی چوں کلن لگے, ایک بار پیارے بھائی دیا سنگھ نے کول کھڑیا کیا, داتا بس اتوں بعد کچھ نہ بولے. حضور نے پرت کے ویکھیا, دیا سنگا رک کیوں گئے ہیں, بولنا کسی بول, اکھاں پھر رہیاں گلا پھر گیا, ستگرا ہن کی بولاں, تو اپنے ایک رہندے پتر نو بھی جنگ وچ تورن لگا ہے. ججہار دی عمر جنگ وچ ججن دی نہیں, 14 سال دی عمر ہے. پادشاہ باہر دلتا ویکھو کیسی فوج ہے. تن گرو گوبند سنگھ مہاراج جی نے بچن کہہ دیا سنگھ جوج لین دے میرے ججہار نو, اے دی عمر نہ ویخ, اے دا امتحان ویکھی, ان امتحان پاس کر جانا ہے. وہ میرے ججہار دے جوش کر کے دیا سنگا وقت آئے گا جدن میری قوم نو لوڑ پئی شہادتاں دی, ماما دے پت ججہار ورگے سینکڑے قوم تو نشاور ہو جان گے. ساتھ سنگت وہ اتہاس تو بعد اج تک دا اتہاس پڑھو, سینکڑے ہزاراں 14 سال دی عمر دے سکھ بچے شہید ہوئے بعد وچ. بابا ججہار سنگھ دی کلگی ترپاشا نے کہا عمر نہ ویکھ, دیا سنگا میرے ججار نے تاں قوم بے جوش بھرنا ہے, جدن پنتھ نوں لوڑ پئے گی 14-14 سال دے ماواں دے پت ججار بن کے میری قوم تو نشاور کر دنگے اپنا سیس,
ਅੱਜ ਕਲਗੀਧਰ ਪਾਤਸ਼ਾਹ ਨੇ ਗੜੀ ਦਾ ਦਰਵਾਜ਼ਾ ਖੋਲਣ ਲਈ ਕਿਹਾ ਭਾਈ ਮਦਨ ਸਿੰਘ ਨੂੰ, ਖੋਲ ਦਿਓ ਦਰਵਾਜ਼ਾ। ਮਦਨ ਨੇ ਜੰਗ ਅੰਦਰ ਗਏ, ਦੋ ਪਲਾਂ ਬਾਅਦ ਉੱਚੀ ਉੱਚੀ ਆਵਾਜ਼ ਨਾਰੇ ਗੱਲ ਬੋਲਣੇ ਸ਼ੁਰੂ ਹੋ ਗਏ। ਤੁਰਕਾਨਾ ਫੌਜ ਨੇ ਕਿਹਾ ਗੁਰੂ ਗੋਬਿੰਦ ਸਿੰਘ ਦਾ ਛੋਟਾ ਪੁੱਤਰ ਆਇਆ, ਹੱਥੋ ਹੱਥੀ ਚੁੱਕ ਲਓ, ਇਹਨੂੰ ਜਿਉਂਦਾ ਨਾ ਜਾਣ ਦਿਓ। ਐਸੇ ਮਗਰ ਪਏ ਬਾਬਾ ਮੋਹਕਮ ਸਿੰਘ ਫਿਰ ਨਾਲ ਸਹਾਰਾ ਦਿੰਦਿਆਂ ਮਦਾਨੇ ਜੰਗ ਵਿੱਚ ਜਾਂਦੇ ਰਹੇ। 14 ਸਾਲ ਦੇ ਬਾਬਾ ਜੁਝਾਰ ਸਿੰਘ ਛੋਟੀ ਤਲਵਾਰ ਨਾਲ ਲੜਦਿਆਂ ਲੜਦਿਆਂ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੋਈ ਸੀ। ਕਲਗੀਧਰ ਪਾਤਸ਼ਾਹ ਨੇ ਉੱਚੀ ਆਵਾਜ਼ ਵਿੱਚ ਜਕਾਰਾ ਛੱਡਿਆ। ਜਦੋਂ ਨਾਲ ਦੇ 7 ਸਿੱਖਾਂ ਵਿੱਚੋਂ ਇੱਕ ਇੱਕ ਕਰਕੇ ਸ਼ਹੀਦ ਹੋ ਗਏ, ਬਾਬਾ ਜੁਝਾਰ ਸਿੰਘ ਘੋੜੇ ਤੋਂ ਡਿੱਗ ਪਏ ਤੇ ਸਾਹ ਸੰਗਤ ਸਿੱਖ ਵਿਦਵਾਨ ਲਿਖਦੇ ਨੇ ਦੁਸ਼ਮਣਾਂ ਨੇ ਬਾਬਾ ਜੁਝਾਰ ਸਿੰਘ ਦੀ ਕਿਰਪਾਨ ਤੋੜ ਦਿੱਤੀ, ਧਰਤੀ ਤੇ ਡਿੱਗਿਆ ਇੱਕਦਮ ਪਿਤਾ ਦਾ ਖੰਜਰ ਕੱਢਿਆ, ਬਰਸ਼ੀਆਂ ਮਾਰਦੇ ਕਈ ਤੁਰਕਾਂ ਨੂੰ ਫਿਰ ਵੀ ਬਾਬਾ ਜੁਝਾਰ ਸਿੰਘ ਗੱਡੀ ਚਾੜ ਗਏ, ਕਈਆਂ ਨੂੰ ਮਾਰ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖ ਰਹੇ ਸਨ, ਜ਼ਾਲਮਾਂ ਨੇ ਵਰਸ਼ੀਆਂ ਮਾਰ ਮਾਰ ਕੇ ਬਾਬਾ ਜੁਝਾਰ ਸਿੰਘ ਦੀ ਛਾਤੀ ਤੇ ਪੇਟ ਪਾੜ ਦਿੱਤਾ। ਇੱਕ ਵਿਦਵਾਨ ਲਿਖਦਾ ਐ ਤਲਵਾਰਾਂ ਚੱਲ ਰਹੀਆਂ ਸਨ, ਤੀਰ ਤੇ ਨਿੱਜੇ ਬਰਸ਼ੀਆਂ ਇਦਾਂ ਖੁੱਭਦੀਆਂ ਸਨ ਬਾਬਾ ਜੁਝਾਰ ਸਿੰਘ ਦੇ ਸਰੀਰ ਵਿੱਚ ਜਿਵੇਂ ਗੁਲਾਬ ਦੇ ਫੁੱਲ ਵਿੱਚ ਕੰਡੇ ਖੁੱਭ ਰਹੇ ਹੋਣ, ਕਿਉਂਕਿ ਕੋਮਲ ਸਰੀਰ ਹੈ ਗੁਲਾਬ ਦੇ ਫੁੱਲ ਵਰਗਾ। 14 ਸਾਲ ਦੀ ਸਰੀਰ ਤੁਸੀਂ ਦਿਲਾਂ ਵਿੱਚ ਝਾਤ ਮਾਰ ਕੇ ਵੇਖਿਓ, ਬਹੁਤਾ ਸਰੀਰ ਜਿਹੜਾ ਕੋਮਲ ਹੈ, ਹੱਡ ਤਕੜੇ ਨਹੀਂ ਹੈ 14 ਸਾਲ ਦੇ। ਖੈਰ ਕਲਗੀਧਰ ਪਾਤਸ਼ਾਹ ਨੇ ਬੜੀ ਉੱਚੀ ਆਵਾਜ਼ ਵਿੱਚ ਜਕਾਰਾ ਛੱਡਿਆ। ਪਾਤਸ਼ਾਹ ਨੇ ਕਹਿ ਦਿਆ ਸਿੰਘਾ ਮੈਂ ਸੁਰਖਰੂ ਹੋ ਗਿਆ, ਜਿਹੜੀ ਗੱਲ ਰਾਤ ਪਾਤਸ਼ਾਹ ਨੇ ਕਹੀ ਸੀ, ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋਕਰ, ਅੱਜ ਕਲਗੀਧਰ ਪਾਤਸ਼ਾਹ ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋਕਰ। ਜਦੋਂ ਮਹਾਰਾਜ ਨੇ ਉੱਚੀ ਆਵਾਜ਼ ਵਿੱਚ ਜਕਾਰਾ ਛੱਡਿਆ, ਦਇਆ ਸਿੰਘ ਤੇ ਗੁਰੂ ਦੇ ਸਿੱਖਾਂ ਤੋਂ ਮਸਾਂ ਸਤ ਸ੍ਰੀ ਅਕਾਲ ਕਿਹਾ ਗਿਆ, ਗਲੇ ਰੁਕ ਗਏ ਤੇ ਸਾਧ ਸੰਗਤ ਇਹ ਦੁਨੀਆਂ ਦਾ ਅਦੁੱਤੀ ਇਤਿਹਾਸ ਹੈ। ਇੱਕ ਵਿਦਵਾਨ ਬੜੇ ਪਿਆਰ ਨਾਲ ਲਿਖਦਾ ਹੈ ਕੋਈ ਦੁਨੀਆਂ ਚ ਐਸਾ ਪਿਓ ਜਿਹਨੇ ਐਡੀ ਵੱਡੀ ਕੁਰਬਾਨੀ ਕੀਤੀ ਹੋਵੇ। ਸਾਧ ਸੰਗਤ ਪੁੱਤ ਦੀ ਲਾਸ਼ ਵੇਖ ਕੇ ਤਾਂ ਬੰਦੇ ਨੂੰ ਧਰਤੀ ਰਾਹ ਨਹੀਂ ਦਿੰਦੀ, ਐ ਦਿਸਦਾ ਜਿਵੇਂ ਪਹਾੜ ਡਿੱਗ ਪਿਆ ਹੋਵੇ। ਮੈਂ ਕਈ ਵਾਰ ਲਾਈਵ ਤੋਂ ਵੀ ਇਹ ਜ਼ਿਕਰ ਕੀਤਾ ਹੈ। ਇੱਕ ਬਹੁਤ ਵੱਡਾ ਪਹਿਲਵਾਨ ਕਹਿੰਦੇ 2.5 ਕੁਇੰਟਲ ਭਾਰ ਚੁੱਕਣ ਵਾਲਾ ਬੰਦਾ, ਉਹਨੇ ਦੋਵਾਂ ਹੱਥਾਂ ਨਾਲ 2.5 ਕੁਇੰਟਲ ਦਾ ਵਜਨ ਬੋਰੀਆਂ ਚੁੱਕ ਕੇ ਸਿਰ ਤੇ ਰੱਖ ਲੈਂਦਾ ਸੀ। ਬੜਾ ਭੁਜਾਵਾਂ ਵਿੱਚ ਬਲ, ਬੜੀ ਤਾਕਤ, ਪੂਰੇ ਇਲਾਕੇ ਦੇ ਲੋਕ ਉਹਦੀ ਤਾਕਤ ਨੂੰ ਜਾਣਦੇ ਸੀ। ਜਿੱਦਣ ਉਸ ਪਹਿਲਵਾਨ ਦਾ ਪੁੱਤ ਗੁਜ਼ਰ ਗਿਆ ਨਾ, ਤੇ ਸਾਧ ਸੰਗਤ ਭਰੀ 125 ਲੋਕਾਂ ਵਿੱਚ ਲਾਸ਼ ਚੁੱਕਣ ਲੱਗਿਆਂ ਅਰਥੀ ਚੁੱਕਣ ਲੱਗਾ, ਉਹ ਬੰਦੇ ਤੋਂ ਅਰਥੀ ਨਾ ਚੁੱਕੀ ਜਾਵੇ। ਕੁਝ ਬੰਦਿਆਂ ਕੋਲ ਹੋ ਕੇ ਕਿਹਾ ਤੂੰ ਤੇ 2.5 ਕੁਇੰਟਲ ਵਜਨ ਹੱਥਾਂ ਨਾਲ ਬਾਹਾਂ ਨਾਲ ਚੁੱਕ ਕੇ ਸਿਰ ਤੇ ਰੱਖ ਲੈਂਦੇ, 50-60 ਕਿਲੋ ਦੀ ਤੇਤੋਂ ਲਾਸ਼ ਕਿਉਂ ਨਹੀਂ ਚੁੱਕੀ ਜਾਂਦੀ, ਅਰਥੀ ਚੁੱਕਣੀ ਭਾਰੀ ਕਿਉਂ ਹੋ ਗਈ। ਉਹਦੀ ਪੁੱਬ ਨਿਕਲ ਗਈ। ਉਹਨੇ ਕਿਹਾ ਸੱਜਣੋ 2.5 ਕੁਇੰਟਲ ਵਜਨ ਚੁੱਕਣਾ ਸੌਖ ਹੈ, ਪਰ ਪੁੱਤਾਂ ਦੀਆਂ ਲਾਸ਼ਾਂ ਚੁੱਕਣੀਆਂ ਬਹੁਤ ਔਖੀਆਂ ਨੇ, ਉਹ 2.5 ਕੁਇੰਟਲਾਂ ਨਾਲ ਵੀ ਭਾਰੀਆਂ ਹੋ ਜਾਂਦੀਆਂ। ਸਾਧ ਸੰਗਤ ਅੱਜ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਅਕਾਲ ਪੁਰਖ ਦਾ ਧਿਆਨ ਧਰ ਕੇ ਜਕਾਰਾ ਛੱਡਿਆ, ਭਾਈ ਦਇਆ ਸਿੰਘ ਤੋਂ ਸਤਿ ਸ੍ਰੀ ਅਕਾਲ ਮਸਾਂ ਕਿਹਾ ਗਿਆ, ਉਹ ਵਿਦਵਾਨ ਲਿਖਦਾ ਏਦਾਂ ਦਾ ਦੁਨੀਆਂ ਤੇ ਕੋਈ ਪਿਓ ਕਿਸੇ ਨੇ ਵੇਖਿਆ ਹੀ ਨਹੀਂ ਹੋਣਾ। ਆ ਪਿਆਰ ਨਾਲ ਸੁਣਿਓ, ਉਹਨੇ ਲਿਖਿਆ ਕਹਿੰਦਾ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਏਦਾਂ ਪੰਦ ਮੁਕਾਮ ਦਾ ਦੇਖਿਆ ਨੀ, ਹੰਸਾਂ ਜਿਹਾਂ ਪਿਆਰਿਆਂ ਪੁੱਤਰਾਂ ਨੂੰ ਮੌਤ ਮੂੰਹ ਮੌਤ ਦੇ ਪਾਮਦਾ ਦੇਖਿਆ ਨੀ, ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ, ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ, ਹੀਰੇ ਲਾਲ ਲੁਟਾਮਦਾ ਦੇਖਿਆ ਨੀ, ਪਿਤਾ ਕੋਈ ਵੀ ਪੁੱਤਰ ਦੀ ਮੌਤ ਉੱਤੇ
خوشی دے گام دا دیکھے آنی کوئی پیو ویکھے پت مرے ہون تے جکارا چھڈ دیا ہوئے کلگی تر دشمیش پتا حضور سچے پادشاہ نے جدو چمکور دی دتی جنگ وچ دوویں پچ شہادت دا جام پی گئے رات پی گئی جنگ سماپت ہو گئی بارہ سکھ بچے بارہ سکھاں وچوں پنج سکھاں گرمتا کر کے کلگی تر پادشاہ نو حکم کیتا مہاراج جے تسی گڑی وچوں نکل گئے سینکڑے سکھ سجاداں گے اسی سینکڑے مل کے کلگیاں والے تیرے ورگا نہیں کوئی لیا سکدے ہاتھ جوڑ کے کیا پادشاہ بینتی تسی مننی نہیں ہن پنتھ حکم کر دے چمکور دی گڑی چھڈ کے چلے جاؤ جدوں گرو گوبند سنگھ مہاراج جی نے حکم اگے سیس چکایا کلگی تے جوڑا لا کے بھائی سنگت سنگھ جی نو بخش دیتا پنتھ تو کلگی جوڑا سب کوئی نشاور کر کے ترے تے شرط رکھی سکھو جاواں گا ضرور پر میری شرط ہے چپ چاپ نہیں جاواں گا مہاراج پھر کیویں جانا ہے کہندے میں اچھی آواز وچ کہہ کے جاواں گا سکھاں دا گرو چلے جہدے وچ طاقت ہے روک لو کتے نہ کہن لوک کے نکل گیا گرو گوبند سنگھ مہاراج جتھے کھلو کے مہاراج نے تین وار کیا پیرے ہند میں ربد پیرے ہند میں ربد پیرے ہند میں ربد او سکھاں دا گرو چلے اینی گل کہہ کے تاڑی ماری اج اتھے گردوارا تاڑی صاحب بنیا رولا پیا ترکنا فوج بلے تک جڑی بیٹھی سی فوجاں اٹھ کھڑی ہیں کمسان دی جنگ مچ گئی بارہ دے بارہ سکھ جلنا ہول کے لڑے ادھی رات نو کمسان دی جنگ مچی ادھر سکھ تھوڑے ادھر ترکاں دی فوج تے پہاڑیاں دی فوج آپس وچ ہی تڑک ہون تک لڑدی رہی ہزاراں فوجاں انہاں دی آپے لڑ لڑ کے مر گئیاں انہاں بارہ سکھاں چوں تین سکھ بچے نو سکھ شہادت دا جام پی گئے تین سکھ پیارے بھائی دیا سنگھ بھائی دھرم سنگھ تے بھائی مان سنگھ گرو گوبند سنگھ مہاراج جی دے مگر امرت ویلے تاریاں دی سدھ دے لبدیاں لبدیاں ماشی وڑ دے جنگل وال آ گئے جدو مہاراج اتھوں چلے نا ایک ودوان نے وہ گل بڑی پیاری لکھی ہے کہندے کلگی تر پادشاہ تین وار کہہ کے پیرے ہند میں رود پیرے ہند میں رود جدو چلن لگے گرو گوبند سنگھ مہاراج ایک وار پچھے مڑ کے چمکور دی گڑی ول ویکھن لگ پئے نال کھلوتے پیارے بھائی دیا سنگھ نے کیا ہے گرو گوبند سنگھ مہاراج گڑی ول ہن کی ویکھنے پادشاہ تیرا گڑی وچ ریا ہی کچھ نہیں ہن گڑی ول کی ویکھنا کل شام تک تیرے پتر سن گڑی وچ پادشاہ ہن تے ریا ہی کچھ نہیں دو پہلاں بچھڑ گئے دو اکھاں دے سامنے شہید کرا لے تیرا گڑی وچ رہ کی گیا جڑا گڑی ول ویکھنا تن گرو گوبند سنگھ مہاراج نے بچن کہہ دیا سنگھ چمکور دی گڑی وچ میرا بہت کچھ رہ گیا چمکور دی گڑی وچ قیمتی خزانہ رہ گیا چمکور دی گڑی پادشاہ نے کہا ایک کچی سی دیا سنگا پکیاں دے پیر پہ گئے نے ہن رہندی دنیا تک پوجی جائے گی یہ گڑی چمکور دی ساتھ سنگت سینکڑے ہزاراں لوکاں دی اودوں حویلیاں ہون گیاں کینوں پوجیا جاندا اج جے کوئی بدھی رام راوت دی او حویلی پوجی جاندی ہے اج صرف چمکور دی کچی گڑی ساتھ سنگت تن گرو گوبند سنگھ مہاراج نے کہا پکیاں دے پیر پہ گئے ہونے پوجی جائے گی حضور نے کہا دیا سنگا توں کہنے گڑی وچ تہاڈا کی رہ گیا پیارے دیا سنگھ دڑ گڑی دے اندر گرو گوبند سنگھ دا سب کچھ رہ گیا ویکھی اس گڑی نے اتہاس بننا رہندی دنیا تک اس دھرتی تے جیڑا اتہاس سرج دتا دنیا اس دھرتی نو سجدے تے سلام کرے گی وہ حکیم اللہ یار خان جوگی لکھ دے کہنا چمکور دی توڑ اڑی ہوئے گی چمکور دے ذرے اڑ کے آکاش وچ تارے بنے ہون گے چمک دے تارے میرا خیال ہے اے ترتی چمکور تو اڑی ہوئی خاک دے کنکے نے کیونکہ اسے ترتی تو ستارے بن کے اسمان وچ گئے وہ ودوان مسلمان نے لکھے جدوں گرو گوبند سنگھ مہاراج چلن لگے پادشاہ نے کہا دیا سنگھ گڑی نے اتہاس بننے دو گلاں کر جاواں اس ترتی نا اتہاس کاراں اے وی لکھیا ہے گرو گوبند سنگھ مہاراج نو پیارے بھائی دیا سنگھ نے دملا کھول کے تے کمر کسا کھول کے دتا پادشاہ ایک وار پتاں دیاں لاشاں تے کفن پا جاؤ ایک فرج نوا جاؤ
महाराज संस्कार ते नहीं किया जा सकता, पर कफन ते पाया जा सकता है। हे गुरु गोविंद सिंह महाराज तुहाडे तीरां नाल सोना लगा हुंदा सी, महाराज असी जेडे तुहाडे लई तीर बनाउंदे सां तुहाडे कहण उत्ते सोना लाईदा सी, क्यों जे तुहाडे तीर नाल कोई बंदा मर जाए उस दुश्मन का कफन ते संस्कार का प्रबंध हो सके। और दुश्मन दियां लाशां दे कफन संस्कार का प्रबंध करन वालिया अज तेरे पुत्तां दियां लाशां पईयां बिना कफन तो पईयां ने। पातशाह एक बार मैनू ढक लैण दिओ। गुरु गोबिंद सिंह महाराज ने कहा नहीं, उदया सिंह केड़े केड़े अजीत उत्ते कफन पाएगा, मेरा एक अजीत थोड़ी पे जंग विच, जेड़े बाकी शहीद मेरे अजीत तो प्यारे ने वे जे कफन पाने मेरे सब अजीत ते जुझारा ते पाई मेरे पुत्तां ते पाके। ए ना कह दई दुनिया ना कवे गुरु गोबिंद सिंह महाराज ने पुत्तां ते सिखां च फर्क कर लिया, मैनू पुत ते सिख इको जे ने, मैनू सिख पुत्तां नालों घट नहीं, मैनू सिख पुत्तां नालों प्यारे ने। कलगीधर पातशाह ने कहा दया सिंह जेडे बाकी पे भी किसी मां दे पुत ने, यह भी ते घर अपने बच्चे ते भैणां परिवार छड के आए ने, जिनी मेरी खातर शहादत का जाम पीता है। नहीं प्यारे दया सिंह कफन बिल्कुल नहीं पाना। जिहड़ी गल भाई दया सिंह ने कही उहनूं इक विद्वान ने लिखिया पढ़दिआं बंदे दा कलेजा फट जांदा। ਉਹ ਕਹਿੰਦਾ ਭਾਈ ਦਇਆ ਸਿੰਘ ਨੇ ਕਿਹਾ ਦੂਜਿਆਂ ਦੇ ਕਫਨ ਤੇ ਸੰਸਕਾਰਾਂ ਦਾ ਪ੍ਰਬੰਧ ਕਰਨ ਵਾਲਿਆ ਅੱਜ ਤੇਰੇ ਪੁੱਤਾਂ ਦੀਆਂ ਲਾਸ਼ਾਂ ਬਿਨਾਂ ਕਫਨਾਂ ਤੋਂ ਪਈਆਂ ਨੇ, ਜ਼ਾਲਮਾਂ ਨੇ ਆਪਣਾ ਪੂਰਾ ਗੁੱਸਾ ਤੇਰੇ ਵਾਲਾ ਤੇਰੇ ਪੁੱਤਾਂ ਤੇ ਕੱਢਿਆ, ਵੇਖ ਤੇ ਸਹੀ ਇੰਨੀਆਂ ਬਰਸ਼ੀਆਂ ਕਿਸੇ ਹੋਰ ਸਿੱਖ ਦੇ ਨਹੀਂ ਜਿੰਨੀਆਂ ਤੇਰੇ ਅਜੀਤ ਦੇ ਮਾਰੀਆਂ ਨੇ, ਇੰਨੇ ਤੀਰ ਕਿਸੇ ਹੋਰ ਦੇ ਨਹੀਂ ਜਿੰਨੇ ਤੇਰੇ ਜੁਝਾਰ ਦੇ ਮਾਰੇ ਨੇ। ਗੋਬਿੰਦ ਸਿੰਘ ਮਹਾਰਾਜ ਇਹਨਾਂ ਉੱਤੇ ਕਫਨ ਪਾਉਣ ਦੀ ਆਗਿਆ ਦਿਓ। ਇੱਥੇ ਧਰਤੀ ਤੇ ਗਰੀਬ ਤੋਂ ਗਰੀਬ ਪਿਓ ਵੀ ਹੋਵੇ ਉਹਦੇ ਪੁੱਤ ਨੂੰ ਵੀ ਕਫਨ ਨਸੀਬ ਹੋ ਜਾਂਦਾ, ਤੇਰੇ ਪੁੱਤਾਂ ਨੂੰ ਕਿਉਂ ਨਹੀਂ? ਤੂੰ ਤੇ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ। ਜਿਹੜੀ ਗੱਲ ਪਿਆਰੇ ਦਇਆ ਸਿੰਘ ਜੀ ਨੇ ਕਹੀ ਉਹਨੂੰ ਵਿਦਵਾਨ ਲਿਖਦਾ, ਉਹਨੇ ਪਾਤਸ਼ਾਹ ਨੂੰ ਕਿਹਾ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਗਰੀਬ ਤੋਂ ਗਰੀਬ ਮਾਪੇ ਜਗ ਵਿੱਚ ਪਏ ਨੇ, ਕਫਨੋਂ ਬਗੈਰ ਦੱਸ ਕਿਤੇ ਪੁੱਤ ਗਏ ਨੇ, ਗਰੀਬ ਤੋਂ ਗਰੀਬ ਮਾਪੇ। ਪਾਤਸ਼ਾਹ ਨੇ ਕਹਿ ਨਹੀਂ ਦਇਆ ਸਿੰਘ ਬਿਲਕੁਲ ਕਫਨ ਨਾ ਪਾਈ, ਆਪਣੇ ਪੁੱਤਾਂ ਦੀਆਂ ਲਾਸ਼ਾਂ ਵੱਲ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਕੱਚੀ ਗੜੀ ਵੱਲ ਵੇਖਿਆ, ਆਖਰੀ ਗੱਲ ਕਹਿ ਕੇ ਪਾਤਸ਼ਾਹ ਉੱਥੋਂ ਕਦਮ ਪੁੱਟ ਕੇ ਤੁਰ ਪਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਚਮਕੌਰ ਦੀ ਇਹ ਗੜੀਏ ਦੁਨੀਆ ਕਿਤੇ ਇਸ ਧਰਤੀ ਤੇ ਵਕਤ ਪਾ ਕੇ ਆਏਗੀ, ਇਹ ਵਕਤ ਇਤਿਹਾਸ ਬਣਨਾ। ਦੱਸ ਦੇ ਗੁਰੂ ਗੋਬਿੰਦ ਸਿੰਘ ਦੋ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਲੰਘਿਆ, ਗੁਰੂ ਗੋਬਿੰਦ ਸਿੰਘ ਦੇ ਮੱਥੇ ਤੇ ਤਿਉੜੀ ਨਹੀਂ ਸੀ, ਗੁਰੂ ਗੋਬਿੰਦ ਸਿੰਘ ਦਾ ਚਿਹਰਾ ਉਤਰਿਆ ਹੋਇਆ ਨਹੀਂ ਸੀ, ਗੁਰੂ ਗੋਬਿੰਦ ਸਿੰਘ ਦਾ ਚਿਹਰਾ ਉਦਾਸ ਨਹੀਂ ਸੀ। ਗੁਰੂ ਗੋਬਿੰਦ ਸਿੰਘ ਦੇ ਅੰਦਰ ਦੇ ਆਨੰਦ ਨੂੰ ਆਨੰਦਪੁਰ ਵਸਾਉਣ ਵਾਲੇ ਦਾ ਆਨੰਦ ਕੋਈ ਖੋਏ ਨਹੀਂ ਸਕਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਹਜ਼ੂਰ ਨੇ ਪਿਆਰ ਵਿੱਚ ਜਿਹੜੀ ਗੱਲ ਕਹੀ ਉਹਨੂੰ ਸਿੱਖ ਵਿਦਵਾਨ ਲਿਖਦਾ, ਪਾਤਸ਼ਾਹ ਨੇ ਕਿਹਾ ਗੜੀਏ ਵੇਖ ਲੈ, ਗੜੀਏ ਵੇਖ ਲੈ, ਗੜੀਏ ਵੇਖ ਲੈ, ਹੱਸਦਾ ਜਾ ਰਿਹਾ ਕਹਿ ਦਈ ਸਮੇਂ ਨੂੰ ਮੱਥੇ ਨੀ ਵੱਟ ਮੇਰੇ, ਤੇਰੀ ਹਿੱਕ ਤੇ ਅਜੀਤ ਜੁਝਾਰ ਸੌ ਗਏ, ਪੁੱਤਰ ਸੋਲ ਜੋ ਰੇਸ਼ਮੀ ਪੱਟ ਮੇਰੇ। ਅੱਗੇ ਮਹਾਰਾਜ ਨੇ ਜਿਹੜੀ ਗੱਲ ਕਹੀ ਉਹ ਬੜੀ ਕਮਾਲ ਦੀ। ਹਜ਼ੂਰ ਨੇ ਉਹਨੂੰ ਸੰਬੋਧਨ ਕਰਕੇ ਉਸ ਧਰਤੀ ਨੂੰ ਕਿਹਾ ਰੋਕ ਸਕੇ ਨਾ ਮੇਰੀ ਮੁਸਕਾਨ ਤਾਈ, ਲੱਗੇ ਜਿਗਰ ਦੇ ਵਿੱਚ ਜੋ ਫਟ ਮੇਰੇ। ਕਿਉਂਕਿ ਪਿਓ ਦਾ ਜਿਗਰ ਆਇਆ, ਪੁੱਤ ਮਰ ਜਾਏ ਤਾਂ ਫਟ ਤਾਂ ਲੱਗਦਾ। ਸਿੱਖੋ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿਲ ਪੱਥਰ ਦਾ, ਪਾਤਸ਼ਾਹ ਦੇ ਦਿਲ ਚ ਫਟ ਤਾਂ ਵੱਜਿਆ ਜਾਂ ਪੁੱਤ ਮਰੇ, ਪਰ ਉਹ ਫਟ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਨੰਦ ਨੂੰ ਨਹੀਂ ਰੋਕ ਸਕੇ। ਜਿਹੜਾ ਆਨੰਦਪੁਰ ਵਸਾਉਣ ਵਾਲਾ ਹੈ, ਜਿਹੜਾ ਸਤਿਗੁਰੂ ਸਾਨੂੰ ਆਨੰਦ ਦੇਣ ਵਾਲਾ ਹੈ, ਪਾਤਸ਼ਾਹ ਨੇ ਕਿਹਾ ਫਟ ਤਾਂ ਲੱਗੇ ਨੇ ਪਰ ਆਨੰਦ ਨੂੰ ਨਹੀਂ ਖਤਮ ਕਰ ਸਕੇ।
रोक सके ना मेरी मुस्कान ताई लगे जिगर दे विच जो फट मेरे कफन पाया नी ना तेस करके क्योंकि सिंग नी ना तो कट मेरे पुत्तां तो सिख कट नहीं कलगीधर पातशाह ने जो इत्थे इतिहास रचे ताइयों हकीम अल्लाह युहार खां जोगी लिखदा है हाशा किसी मुर्शद में ऐसा असयार नहीं है किसी पीर में ऐसा जिनहार नहीं है जिन्ना प्यार गुरु गोविंद सिंह महाराज ने सिखा नूं कीता और दुनिया का कोई पीर अपने मुरीदा नूं कर ही नहीं सकता। आओ सिखो उस गुरु गोविंद सिंह महाराज के लखते जिगर साहबजादियां की शहादत मना रहे हो अपन करजा तो नहीं ला सकते गुरु गोविंद सिंह महाराज का। साध संगत गुरु रामदास महाराज के घर दे चिते रखियो समेत गुरु गोबिंद सिंह महाराज तुसीं इतिहास पढ़ के वेखियो साध संगत सत जियां दी शहादत होई है सत जियां दी। धन गुरु रामदास महाराज सच्चे पातशाह दे पुत्ते धन गुरु तेग बहादुर महाराज गुरु रामदास महाराज दे पुत्र गुरु अर्जन देव महाराज ते चार साहबजादे पंजवीं माता गुजरी ते साध संगत समेत गुरु गोबिंद सिंह महाराज एक परिवार के अठ जी बनते ने अठा जिया की शहादत इन्हों सत दिन गुरु गोबिंद सिंह महाराज के पंज जिया की शहादत हुई। साध संगत करजा तो नहीं आप ला सकते पर इन्नी अरदास जरूर करो हे गुरु गोबिंद सिंह महाराज सानू सिक्की सिदक भरोसा नाम की दात बख्शो। दो बेनती मैं थोड़े चरणों च करनिया ने वैसे बड़े प्यार वाले सिदकी सिख बैठे हो एक तो पातशाह के साहबजाद याद मना रहे हो एक प्रण करो प्रण मन विच तुसीं केसा की व्यदवी नहीं करोगे कदे क्योंकि केस गुरु गोबिंद सिंह महाराज ने मोर क्या मोर सज्जणों पांच लख की गड्डी विच भी पांच बंदे बहिंदे ने पंजाह लख वाली गड्डी विच भी पांच ही बहिंदे पर मुल पता कादा पैंदा है टायर उहदे भी चार ने बंदे पांच उहदे विच पैंदे पांच ही पंजाह लख वाली च बहिंदे ने और सज्जनों मुल पिछे लगी मोर दै ते सिखो भावें कोई करोड़ां अरबां पति होवे भावें सिख गरीब होवे पातशाह की नज़र विच मुल सिर्फ मोर दा पैणा मोर केस है सिख दी इसलिए केसां दी बेअदबी ना करो। जदों घरां विच केस बौंदे हो तुहानूं बेनती है जिथे दो तीन मिनट केस बाण नूं लगदे अद्धा मिनट नहीं लगता उन्हां केसां नूं संभाल के किसी डब्बे जां लिफाफे विच पाया करो वक्त आने ते थोड़े दिनों बाद किसी कागजा सेफ जगह से उसका संस्कार करो नालियों में नहीं रुलने चाहिए गटरों में नहीं कूड़े में नहीं जाने चाहिए एक किसान का सत्कार करो गुरु गोबिंद सिंह महाराज की नजर होगी। दूजी बेनती आप भी ते अपने बच्चों जपजी साहब का पाठ जरूर कराओ घट्टो घट जपजी साहब तो पढ़ना अत्यंत जरूरी है तत्करे तो दर्शन करो जप के मोहरे लिखा जप निशान गुरु ग्रंथ साहब महाराज निशान का अर्थ हों राहदारी निशान का अर्थ है पासपोर्ट वो डाकूमेंट जिद एक देश तो दूजे देश पास हो राहदारी तो बगैर बंदा एक देश तो दूजे देश नहीं जा सकता। चेते रखियो जपजी साहब तो बगैर आप गुरु नानक के घर च परवाह ही नहीं हो सकता।